ਅਲਮਾਰੀ ਚੋਂ ਕੱਪੜੇ ਕੱਢ ਕੇ ਕਰ ਲੈਂਦੇ ਹਾਂ ਵੇਅਰ ਤੇ ਪਹੁੰਚ ਜਾਂਦੇ ਹਾਂ ਜਿਮ ਨੂੰ। ਕੋਈ ਵੀ ਮਸਲ ਦਾ ਵਰਕਆਊਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਰੀਦੀ ਹੈ 10 ਮਿੰਟ ਦਾ ਵਾਰਮ ਅਪ, ਤੇ ਮੈਂ ਵੀ ਪੂਰੀ ਬਾਡੀ ਦੀ ਕਰ ਲੈਂਦਾ ਸਟ੍ਰੈਚਿੰਗ ਤੇ ਸਟਾਰਟ ਕਰਦੇ ਹਾਂ ਅੱਜ ਦਾ ਬੈਕ ਵਰਕਆਊਟ। ਅੱਜ ਦੇ ਵਰਕਆਊਟ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਬਾਰਬਲ ਰੋ ਤੋਂ। ਫੀਟ ਨੂੰ ਸਟੈਪ ਬਾਏ ਸਟੈਪ ਵਧਾਉਂਦੇ ਵਧਾਉਂਦੇ ਇਸ ਸੈਟ ਨੂੰ ਕਰ ਦਿੰਦੇ ਹਾਂ ਆਪਾਂ ਖਤਮ, ਤੇ ਕਰਦੇ ਹਾਂ ਰੈਸਟ। 1 ਮਿੰਟ ਦੀ ਰੈਸਟ ਲੈਣ ਤੋਂ ਬਾਅਦ ਆਪਾਂ ਲਗਾਉਂਦੇ ਹਾਂ ਮੇਰੀਆਂ ਫੇਵਰੇਟ ਐਕਸਰਸਾਈਜ਼ਾਂ ਵਿੱਚੋਂ ਇੱਕ ਐਕਸਰਸਾਈਜ਼ ਲੈਟ ਪੁੱਲ ਡਾਊਨ। ਬੈਕ ਦੀ ਵਿਥ ਵਧਾਉਣ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਆ। ਇੰਨੇ ਕੁ ਟਾਈਮ ਨੂੰ ਲੱਗ ਜਾਂਦੀ ਆ ਪਿਆਸ, ਤੇ ਪੀਂਦੇ ਹਾਂ ਪਾਣੀ ਤੇ ਦੁਬਾਰਾ ਕਰਨ ਲੱਗ ਜਾਂਦੇ ਆਪਣਾ ਵਰਕਆਊਟ ਕੰਟੀਨਿਊ। ਪੇਸ਼ੈਂਸ ਰੱਖਦੇ ਰੱਖਦੇ ਬੈਕ ਵਰਕਆਊਟ ਦੀ 3rd ਐਕਸਰਸਾਈਜ਼ ਨੂੰ ਵੀ ਕਰ ਦਿੰਦੇ ਹਾਂ ਫਿਨਿਸ਼। ਵਰਕਆਊਟ ਦੇ ਐਂਡ ਵਿੱਚ ਮੈਂ ਹਮੇਸ਼ਾ ਰੋ ਪੁੱਲ ਓਵਰ ਹੀ ਪ੍ਰੈਫਰ ਕਰਦਾ ਹੁੰਦਾ, ਕਿਉਂਕਿ ਇਹਦੇ ਨਾਲ ਈਜ਼ੀਲੀ ਹੋ ਜਾਂਦਾ ਮਸਲ ਟਾਰਗੇਟ, ਤੇ ਇੰਨੇ ਨੂੰ ਹੋ ਜਾਂਦੇ ਆ ਬੈਕ, ਤੇ ਘਰੇ ਜਾ ਕੇ ਲੈਂਦੇ ਹਾਂ ਮੀਲ, ਤੇ ਕਰਦੇ ਹਾਂ ਅੱਜ ਦਾ ਵਲੌਗ ਖਤਮ। ਅਗਰ ਵਧੀਆ ਲੱਗਾ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੇ।